ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਸਰਕਾਰ ਦੀ ਵੱਡੀ ਗਲਤੀ ਐਨ ਆਰ ਆਈ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਾਰੀ ਕੀਤਾ ਵਿਦਿਆਰਥੀ ਦਾ ਨੰਬਰ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸੁਣਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਸਰਕਾਰ ਨੇ ਐਨ ਆਰ ਆਈ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਹੈਲਪਲਾਈ ਨੰਬਰ ਜਾਰੀ ਕੀਤਾ ਇਹ ਨੰਬਰ 2 ਦਿਨ ਪਹਿਲਾਂ ਹੀ ਪੋਰਟਲ ਤੇ ਅਪਲੋਡ ਕੀਤਾ ਜਾ ਚੁੱਕਾ ਹੈ ਸਰਕਾਰ ਵੱਲੋਂ ਦਿੱਤਾ ਗਿਆ ਨੰਬਰ ਲੁਧਿਆਣਾ ਦੀ ਜਰਨਲਿਜ਼ਮ ਦੇ ਵਿਦਿਆਰਥੀ ਦਾ ਹੈ ਹੁਣ ਉਹ ਰੋਜ਼ਾਨਾ ਹਜ਼ਾਰਾਂ ਕਾਲ ਆ ਰਹੀਆਂ ਨੇ ਇਸ ਤੋਂ ਬਾਅਦ ਉਹ ਬੜਾ ਪਰੇਸ਼ਾਨ ਹੋ ਚੁੱਕਾ ਹੈ ਵਿਦਿਆਰਥੀ ਨੇ ਕਰੀਬ ਦੱਸਿਆ ਕਿ ਉਸ ਦਾ ਨੰਬਰ ਹੈ 8194 ਜੀ ਹਾਂ 00002 ਹੈ ਜੀ ਹਾਂ ਉਸ ਦਾ ਲੁਧਿਆਣਾ ਦੇ ਮੋਲ ਰੋਡ ਤੇ ਸ਼ੋਅਰੂਮ ਹੈ ਪੰਜਾਬ ਸਰਕਾਰ ਵੱਲੋਂ ਉਸ ਦਾ ਨੰਬਰ ਪੋਰਟਲ ਤੇ ਪਾ ਦਿੱਤਾ ਗਿਆ ਹੈ ਜਿਸ ਕਾਰਨ ਉਸ ਨੂੰ ਰੋਜ਼ਾਨਾ 700 ਤੋਂ ਲੈ ਕੇ 800 ਲੋਕਾਂ ਦੇ ਫੋਨ ਆ ਰਹੇ ਨੇ ਰਾਤ ਨੂੰ ਵੀ ਉਸ ਨੂੰ ਫੋਨ ਕੀਤੇ ਜਾਂਦੇ ਨੇ ਜਿਸ ਕਾਰਨ ਉਹ ਨਾ ਤਾਂ ਸੋ ਪਾਉਂਦਾ ਹੈ ਨਾ ਹੀ ਪੜ ਪਾਉਂਦਾ ਹੈ ਜੀ ਹਾਂ ਕਬੀਰ ਨੇ ਕਿਹਾ ਕਿ ਸਰਕਾਰ ਨੇ ਐਨ ਆਰ ਆਈ ਲੋਕਾਂ ਦੀ ਮਦਦ ਕਰਨ ਦਾ ਵਧੀਆ ਤਰੀਕਾ ਲੱਭਾ ਹੈ ਪਰ ਜੀ ਹਾਂ ਕਲੈਰੀਕਲ ਗਲਤੀ ਕਰਣ ਕਾਰਨ ਇਸ ਨੂੰ ਜਿਹਾ ਖਮਿਆਜ਼ਾ ਉਸ ਨੂੰ ਭੁਗਤਣਾ ਪੈ ਰਿਹਾ ਹੈ ਉਸ ਨੂੰ ਅਮਰੀਕਾ ਤੇ ਕੈਨੇਡਾ ਤੋਂ ਰੋਜ਼ਾਨਾ ਫੋਨ ਆ ਰਹੇ ਨੇ ਫੋਨ ਕਰਨ ਵਾਲੇ ਆਪਣੇ ਕਾਗਜ਼ਾਤ ਜਮਾ ਕਰ ਵੋਂਜ਼ਾ ਮਕਾਨਾਂ ਤੇ ਪਲਾਟਾਂ ਦੇ ਕਬਜ਼ੇ ਦੀ ਗੱਲ ਕਰ ਰਹੇ ਨੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ